ਸਿਪਾਹੀਆਂ ਨੂੰ ਕਹਿ ਕੇ ਸਤਿਗੁਰਾਂ ਪੰਜਾਬ ਸਿੰਘਾਂ ਸਮੇਤ ਆਪਣੀ ਭੇਟੀ ਵਿੱਚ ਜਾਂਦੇ ਹੈ ਤੇ ਕੀ ਕਰਦਾ ਹੈ ਕਿਹੜੇ ਤੋਂ ਸਿਪਾਹੀ ਕਰਦਾ ਹੈ ਇਸ ਤੋਂ ਅੱਗੇ ਸਬਰ ਕਰੀਏ ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਬਿਨਾਂ ਦੰਡ ਦੇ ਹਟੇ ਨੈ ਦੇਖ ਨਾ ਹੋਏ ਆਰਾਮ ਕਰੋ ਨਿਆਂ ਕੀ ਮਾਨ ਤੁਮ ਹੋ ਜਸ ਜਗਤ ਅਬਰਾਮ ਇਹ ਦੀਵਾਨ ਚੰਦੂ ਨੇ ਬੜੀ ਚਾਲੀ ਦੇ ਨਾਲ ਬਾਦਸ਼ਾਹ ਸਲਾਮ ਦੇ ਪਾਸ ਜਾ ਕੇ ਸ਼ਿਕਾਇਤ ਵਿੱਚ ਕੈਦ ਕੀਤੀ ਕਹਿਣ ਲੱਗਾ ਬਾਦਸ਼ਾਹ ਸਲਾਮ ਜੇ ਅਰਜਨ ਦੇਵ ਨੂੰ ਦਾਤ ਨਹੀਂ ਨਾ ਪਾਵਾਂਗੇ ਤੇ ਇਹ ਆਪਣੇ ਦੇਸ਼ ਵਿੱਚੋਂ ਕਸੂਰ ਬਚਾਉਣੋਂ ਹਟੇਗਾ ਨਹੀਂ ਇਹ ਝੂਠ ਧਾੜ ਵੀ ਰੱਖਦਾ ਹੈ ਕਿ ਜਿਤਨਾ ਚਿਰ ਸਾਨੂੰ ਦਾਤਾ ਹੁੰਦਾ ਉਤਨਾ ਚਿਰ ਆਪਣੇ ਦੇਸ਼ ਦੇ ਵਿੱਚ ਆਰਾਮ ਨਹੀਂ ਹੋਣਾ ਆਪਣੀ ਹਲਕਤ ਨੂੰ ਦੁੱਖੀ ਨਹੀਂ ਵਸਣ ਦੇਣਾ ਤੁਸੀਂ ਤਵੱਜੋ ਦੇ ਕੇ ਅਤੇ ਧਰਮ ਦਾ ਨਿਆਂ ਕਰੋ ਬਾਦਸ਼ਾਹ ਸਲਾਮ ਤੁਸੀਂ ਇਸ ਗੱਲ ਵੱਲ ਤਵੱਜੋ ਦਿਓ ਧਰਮ ਦਾ ਨਿਆਂ ਕਰੋ ਅਤੇ ਸਾਰਾ ਸੰਸਾਰ ਤੁਹਾਡਾ ਜਸ ਕਰੇਗਾ ਕਿ ਹਾਂ ਬਈ ਬਾਦਸ਼ਾਹ ਸਲਾਮ ਨੇ ਪ੍ਰਜਾ ਵਾਸਤੇ ਅਜਾ ਦੇਖ ਨੂੰ ਸਖਤੀ ਕੀਤੀ ਹੈ ਕਿ ਜਿਹੜੇ ਉਹ ਚੋਰ ਧਾੜ ਵੀ ਰੱਖਦਾ ਸੀ ਹੁਣ ਬੰਦ ਹੋ ਗਏ।